ਅੱਜ ਹੁਸ਼ਿਆਰਪੁਰ ਪੁਲਿਸ ਵੱਲੋਂ CI ਸਟਾਫ ਵੱਲੋਂ DSP ਪ੍ਰਵਿੰਦਰ ਐਂਡ ਇੰਸਪੈਕਟਰ ਬਲਵਿੰਦਰ ਸਿੰਘ ਦੀ ਟੀਮ ਵੱਲੋਂ ਬਹੁਤ ਸ਼ਲਾਘਾਯੋਗ ਕੰਮ ਕੀਤਾ, ਜਿਹਦੇ ਵਿੱਚ ਥਾਣਾ ਮਾਡਲ ਟਾਊਨ ਦੇ ਵਿੱਚ ਦੋ FIR ਦਰਜ ਕੀਤੀਆਂ ਸੀ। ਇੱਕ FIR ਹੈਗੀ 295 ਨੰਬਰ, ਜਿਹੜੀ ਕਿ ਹੈਗੀ ਆਰਮਸ ਐਕਟ ਦੇ ਵਿੱਚ। ਇੱਕ ਪਿਸਟਲ ਅਤੇ ਨਾਲ ਲਾਈਵ ਕਾਰਟੇਜ ਫੜੇ ਅਸੀਂ, ਉਹਦੇ ਸੰਬੰਧੀ FIR ਦਰਜ ਕੀਤੀ ਆਰਮਸ ਐਕਟ ਦੇ ਵਿੱਚ। ਇਹ ਲੋਕਲੀ ਆ, ਮੁੰਡਾ ਪੁਰ ਹੀਰਾ ਦੇ ਏਰੀਏ 'ਚ ਰਹਿੰਦਾ। ਇਸੇ ਤਰ੍ਹਾਂ ਇੱਕ 296 ਨੰਬਰ FIR ਦਰਜ ਕੀਤੀ ਆ, ਉਹਦੇ ਵਿੱਚ ਸਾਨੂੰ ਕਾਫੀ ਵੱਡੀ ਕਮਰਸ਼ੀਅਲ ਕੁਆਂਟਿਟੀ ਦੇ ਵਿੱਚ ਸਫਲਤਾ ਮਿਲੀ ਹੈ। ਉਹਦੇ ਵਿੱਚ ਸਾਨੂੰ ਅਪਰੋਕਸੀਮੇਟਲੀ 6480 ਦੇ ਕਰੀਬ ਕੈਪਸੂਲ, ਜਿਹੜੇ ਕਿ ND ਦੀ ਮੱਦ 'ਚ ਆਉਂਦੇ ਆ, ਔਰ ਇਸੇ ਤਰ੍ਹਾਂ 1400 1200 ਗੋਲੀਆਂ ਜਿਹੜੀਆਂ ਉਹ ਮਿਲੀਆਂ। ਇਹਦੇ ਸੰਬੰਧ ਅਸੀਂ ND ਦੇ ਵਿੱਚ FIR ਦਰਜ ਕੀਤੀ ਗਈ ਹੈ, ਔਰ ਫਰਦਰ ਜਿਹੜੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਆ ਵੀ ਇਹ ਪਿਸਟਲ ਕਿਸ ਤਰ੍ਹਾਂ ਪਹੁੰਚਿਆ ਇੱਥੇ ਸਾਡੇ ਕੋਲ, ਔਰ ਜਿਹੜਾ ਪਿਸਟਲ ਆ ਮੁੰਡਾ ਅਜੇ ਹੈਗਾ, ਔਰ ਜਿਹਦੇ ਕੋਲ ਅਸੀਂ ਟੈਬਲੇਟ ਅਤੇ ਗੋਲੀਆਂ ਫੜੀਆਂ, ਉਹ ਪੰਕਜ ਨਾਂ ਦਾ ਲੜਕਾ ਹੈਗਾ, ਜਿਹੜੇ ਕਿ ਲੋਕਲ ਮਾਡਲ ਟਾਊਨ ਦੇ ਏਰੀਏ 'ਚ ਹੀ ਰਹਿੰਦੇ ਆ। ਨਹੀਂ, ਉਹਦੇ 'ਚ ਫਿਲਹਾਲ ਉਹ ਤਿਆਰੀ ਕਰ ਰਿਹਾ ਸੀਗਾ, ਇੱਕ ਤਰ੍ਹਾਂ ਨਾਲ ਨਵਾਂ ਹੀ ਆ ਹਾਲੇ, ਉਹਦੇ 'ਤੇ FIR ਕੋਈ ਲੌਜ ਨਹੀਂ ਹੈਗੀ। ਔਰ ਬਿਲਕੁਲ ਨਵੇਂ ਬੰਦੇ ਜਿੱਦਾਂ ਕਹਿ ਲਈਏ ਵੀ ਇਹ ਇੱਕ ਤਰ੍ਹਾਂ ਨਾਲ ਤਿਆਰ ਹੋਏ ਆ। ਨਹੀਂ, ਹਾਲੇ ਲੇਟੈਸਟ ਹੀ ਇਹ ਲੈ ਕੇ ਆਇਆ ਹੀ ਆ ਹਾਲੇ। ਬੇਸਿਕਲੀ UP ਤੋਂ, ਜੋ ਹੁਣ ਤੱਕ ਦੀ ਇੰਟਰੋਗੇਸ਼ਨ ਆ ਵੀ UP ਤੋਂ ਲੈ ਕੇ ਆਇਆ ਇਹ, ਉਹਦੇ ਸੰਬੰਧੀ ਸਾਡੀਆਂ ਫਰਦਰ ਇਨਵੈਸਟੀਗੇਸ਼ਨ ਹਾਲੇ ਉਹਦੀ ਚੱਲ ਰਹੀ ਹੈਗੀ ਆ। ਨਸ਼ੀਲੀਆਂ ਗੋਲੀਆਂ ਦੀ ਗੱਲ ਕਰ ਰਹੇ ਹਾਂ, ਕੀ ਮੈਡੀਕਲ ਸਟੋਰ ਚਲਾ ਰਿਹਾ ਸੀ ਕਿ ਨਹੀਂ? ਇਹਦੀ ਹੈਗੀ ਆ ਸਬਜ਼ੀ ਵਿਕਰੇਤਾ ਹੈਗਾ, ਇਹ ਸਬਜ਼ੀ ਦੀ ਫੜੀ ਫੁੜੀ ਲਾਉਂਦੇ ਆ ਇਹ ਪੰਕਜ ਜਿਹੜਾ, ਔਰ ਤੁਰ ਫਿਰ ਕੇ ਉੱਥੇ ਲੇਬਰ ਵਾਲਿਆਂ ਨੂੰ ਹੋਰ ਇਹ ਕੁਆਂਟਿਟੀ ਦੇ ਵਿੱਚ, ਕਿਉਂਕਿ ਕਮਰਸ਼ੀਅਲ ਕੁਆਂਟਿਟੀ 'ਚ ਇਹਦੇ ਕੋਲ ਸਮਾਨ ਫੜ ਹੋਇਆ, ਔਰ ਕਿੱਥੋਂ ਲੈ ਕੇ ਆਇਆ, ਅੱਗੇ ਕਿੱਥੇ ਕਿੱਥੇ ਇਹ ਸਪਲਾਈ ਦਿੰਦਾ, ਉਹਦੇ 'ਤੇ ਸਾਡਾ ਵਰਕ ਚੱਲ ਰਿਹਾ ਹੈਗਾ। ਇਹਦੇ 'ਤੇ ਪਹਿਲਾਂ ਇੱਕ FIR ਦਰਜ ਹੋਈ ਸੀਗੀ, ਉਹਦੇ 'ਚ ਵੀ ਇਹ ਹਾਲੇ ਰਾਊਂਡ ਅਪ ਕਰਨਾ ਸੀਗਾ, ਉਹਦੇ 'ਚ ਨੋਮੀਨੇਟ ਹੈਗਾ ਇਹ, ਇਹਨੂੰ ਸਾਡੇ ਕੋਲ ਐਟ ਲਾਰਜ ਸੀਗਾ ਇਹ, ਹਾਲੇ ਹੁਣ ਇਹਨੂੰ ਫੜਿਆ। ਬੈਕਗ੍ਰਾਊਂਡ ਇਹਨਾਂ ਦੀ ਬਿਹਾਰ ਤੋਂ ਹੈ, ਪਰ ਜੰਮਿਆ ਪਲਿਆ ਇੱਥੋਂ ਹੀ ਹੈ, ਪ੍ਰੋਪਰ ਪੰਜਾਬੀ ਬੋਲਦੇ ਆ ਇਹ ਦੋਨੋਂ ਜਣਾਂ ਦੀ ਬੈਕਗ੍ਰਾਊਂਡ ਉੱਥੋਂ ਦੀ ਆ, ਬਿਹਾਰ ਦੀ ਆ, ਪਰ ਇਹਨਾਂ ਦੇ ਫਾਦਰ ਬਹੁਤ ਟਾਈਮ ਪਹਿਲਾਂ ਇੱਥੇ ਪੰਜਾਬ 'ਚ ਆ ਕੇ ਵੱਸ ਗਏ ਸੀ, ਔਰ ਵੱਡੇ ਦੋਨੋਂ ਇੱਥੇ ਹੀ ਹੋਏ ਆ ਇਹ।